ਆਹ ਇਨਸਾਨ 18 ਸਾਲ ਤੱਕ ਪੈਰ ਸਫਰਾਂਸ ਦੇ 에어ਪੋਰਟ ਦੇ ਉੱਪਰ ਰਿਹਾ ਉੱਥੇ ਸੌਂਦਾ ਸੀ ਨਹਾਉਂਦਾ ਸੀ ਖਾਂਦਾ ਸੀ ਪੀਂਦਾ ਸੀ ਤੇ ਜੀਸੀਐਸ ਦੀ ਵਜ੍ਹਾ ਕੇ ਇਹ ਫਰਾਂਸ ਵਾਲੇ ਇਸਨੂੰ 에어ਪੋਰਟ ਤੋਂ ਨਹੀਂ ਕੱਢ ਸਕੇ 18 ਸਾਲ ਵਾਸਤੇ ਬਹੁਤ ਇੰਟਰਸਟਿੰਗ ਸਟੋਰੀ ਆ ਤੇ ਇਸਦੀ ਸੱਚੀ ਕਹਾਣੀ ਦੇ ਉੱਪਰ ਇੱਕ ਫਿਲਮ ਵੀ ਬਣੀ ਹੋਈ ਆ ਦਾ ਟਰਮੀਨਲ ਤੇ ਉਸਨੇ ਮਿਲੀਅਨਾਂ ਦੇ ਵਿੱਚ ਜਿਹੜੀ ਆ ਕਮਾਈ ਵੀ ਕੀਤੀ ਸੀ ਤੇ ਇਸਨੂੰ ਉਸ ਫਿਲਮ ਦਾ ਪੈਸਾ ਵੀ ਮਿਲਿਆ ਸੀ 3 ਲੱਖ ਡਾਲਰ ਤੇ ਜਿਸ ਦੇ ਵਿੱਚੋਂ ਇਸਨੇ ਬਹੁਤ ਘੱਟ ਪੈਸੇ ਖਰਚੇ ਤੇ ਉਸ ਤੋਂ ਪਹਿਲਾਂ ਹੀ ਇਸਦੀ ਮੌਤ ਹੋ ਗਈ ਵੀਡੀਓ ਸਾਰੀ ਸੁਣਿਓ ਇਹ ਇਨਸਾਨ ਈਰਾਨ ਦਾ ਰਹਿਣ ਵਾਲਾ ਸੀ ਇਸਦਾ ਨਾਮ ਹੈਗਾ ਆ ਮਹਿਰਾਨ ਕਰੀਮੀ ਨਾਸਿਰੀ ਜਦੋਂ ਇਹ ਆਪਣੀ ਯੂਕੇ ਤੋਂ ਪੜ੍ਹਾਈ ਕਰਕੇ ਇੰਗਲੈਂਡ ਤੋਂ ਆਪਣੇ ਈਰਾਨ ਮੁਲਕ ਦੇ ਵਿੱਚ ਗਿਆ ਤਾਂ ਉੱਥੇ ਸਿਆਸੀ ਲੜਾਈ ਚੱਲ ਰਹੀ ਸੀਗੀ ਇਸ ਨੇ ਉਹਦੇ ਵਿੱਚ ਭਾਗ ਲਿਆ ਤੇ ਗਲਤ ਬਿਆਨਬਾਜ਼ੀ ਸਰਕਾਰ ਦੇ ਖਿਲਾਫ ਕੀਤੀ ਤੇ ਸਰਕਾਰ ਨੇ ਚੱਕ ਕੇ ਜਿਹੜੀ ਮੌਜੂਦਾ ਸਰਕਾਰ ਸੀ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਦੋਂ ਇਸ ਨੂੰ ਜੇਲ੍ਹ ਦੇ ਵਿੱਚੋਂ ਛੱਡਿਆ ਗਿਆ ਤਾਂ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ 1987 ਦੇ ਵਿੱਚ ਤਕਰੀਬਨ ਇਹ ਇਨਸਾਨ 1 ਸਾਲ ਬਾਰੇ ਮੁਲਕਾਂ ਦੇ ਵਿੱਚ ਟਰਾਈ ਕਰਦਾ ਰਿਹਾ ਵੀ ਕੋਈ ਇਸ ਨੂੰ ਪੋਲੀਟੀਕਲ ਸਟੇ ਦੇ ਦੇਵੇ ਸਭ ਤੋਂ ਪਹਿਲਾਂ ਤਾਂ ਇਸ ਨੇ ਇੰਗਲੈਂਡ ਦੇ ਵਿੱਚ ਟਰਾਈ ਕੀਤਾ ਇੰਗਲੈਂਡ ਵਾਲਿਆਂ ਨੇ ਰਿਜੈਕਟ ਕਰਤਾ ਫਿਰ ਫਰਾਂਸ ਫਰਾਂਸ ਨੇ ਵੀ ਰਿਜੈਕਟ ਕਰਤਾ ਫਿਰ ਇਸ ਨੇ ਬੈਲਜੀਅਮ ਦੇ ਵਿੱਚ ਅਪਲਾਈ ਕੀਤਾ ਤੇ ਬੈਲਜੀਅਮ ਵਾਲਿਆਂ ਨੇ ਇਸ ਦਾ ਜਿਹੜਾ ਕੇਸ ਸੀਗਾ ਉਹ ਪਾਸ ਕਰ ਦਿੱਤਾ ਇਸ ਨੂੰ ਪੋਲੀਟੀਕਲ ਸਟੇ ਜਿਹੜੀ ਆ ਦੇ ਦਿੱਤੀ ਗਈ ਜਦੋਂ ਇਸ ਨੂੰ ਪੋਲੀਟੀਕਲ ਸਟੇ ਮਿਲ ਗਈ ਇਸ ਨੇ ਆਪਣਾ ਜਾਣਾ ਸੀਗਾ ਆਪਣੀ ਮਾਂ ਕੋਲੇ ਇੰਗਲੈਂਡ ਕਿਉਂਕਿ ਇੰਗਲੈਂਡ 'ਚ ਇਸ ਦੀ ਮਾਂ ਰਹਿੰਦੀ ਸੀ ਤੇ ਜਿਹੜੀ ਕਿ ਸਕਾਟਲੈਂਡ ਦੀ ਰਹਿਣ ਵਾਲੀ ਸੀਗੀ ਤੇ ਇਸ ਨੇ ਆਪਣੀ ਟਿਕਟ ਕਰਵਾਈ ਵਾਇਆ ਪੈरिस ਇੰਗਲੈਂਡ ਜਾਣ ਵਾਲੀ ਤੇ ਉਹ ਕਹਿੰਸਾਂ ਜਿਆਦਾ ਦਾ ਬੈਗ ਕਿਤੇ ਗਵਾਚ ਗਿਆ ਜਦੋਂ ਇਹ ਬੈਲਜੀਅਮ ਤੋਂ ਪੈरिस ਪਹੁੰਚੇ ਤੇ ਪੈरिस ਤੋਂ ਜਦੋਂ ਇੰਗਲੈਂਡ ਜਾ ਰਿਹਾ ਸੀਗਾ ਜਾਂ ਕਿਸੇ ਨੇ ਚੋਰੀ ਕਰ ਲਿਆ 에어ਪੋਰਟ ਤੇ ਇਹ ਉਤਰਿਆ ਜਿਹੜਾ ਪੈरिस ਦਾ ਸਭ ਤੋਂ ਵੱਡਾ 에어ਪੋਰਟ ਆ ਸ਼ਰਲ ਦੀ ਗੋਲ ਉੱਥੋਂ ਦੀ ਇਹ ਘਟਨਾ ਹੈ ਤੇ ਜਦੋਂ ਇਹ ਇੰਗਲੈਂਡ ਪਹੁੰਚਿਆ ਫਲਾਈਟ ਲੱਗੀ ਤਾਂ ਇਸ ਦਾ ਇਸ ਦੇ ਕੋਲੇ ਕੋਈ ਵੀ ਕਾਗਜ਼ ਪੱਤਰ ਨਹੀਂ ਸੀਗਾ ਇਸ ਦਾ ਪਾਸਪੋਰਟ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਨਹੀਂ ਸੀਗਾ ਜਿਸ ਤੇ ਇਸ ਦੇ ਬਾਰੇ ਪਤਾ ਲੱਗ ਸਕੇ ਕਿ ਇਹ ਕੌਣ ਆ ਕੌਣ ਨਹੀਂ ਹੈਗਾ ਤੇ ਇੰਗਲੈਂਡ ਵਾਲਿਆਂ ਨੇ ਇਸ ਨੂੰ ਡਿਪੋਰਟ ਕਰ ਦਿੱਤਾ ਫਰਾਂਸ ਜਦੋਂ ਇਹ ਫਰਾਂਸ 에어ਪੋਰਟ ਦੇ ਉੱਪਰ ਆਇਆ ਸ਼ਰਲ ਦੀ ਗੋਲ ਆ ਤਾਂ ਇਸ ਦੇ ਬਾਰੇ ਕੋਈ ਵੀ ਜਿਹੜਾ ਸਬੂਤ ਉਹਨਾਂ ਨੂੰ ਨਹੀਂ ਮਿਲਿਆ ਤੇ ਇਹ ਕਹੀ ਗਿਆ ਕਿ ਮੈਂ ਬੈਲਜੀਅਮ ਦਾ ਰਹਿਣ ਵਾਲਾ ਆਂ ਤੇ ਇਸ ਦੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੂੰ ਵੀ ਇਸ ਦਾ ਕੋਈ ਵੀ ਡਾਟਾ ਜਿਹੜਾ ਆ ਉਹ ਨਹੀਂ ਲੱਭਿਆ ਇਸ ਨੂੰ ਕਿਹਾ ਗਿਆ ਕਿ ਤੂੰ 에어ਪੋਰਟ ਤੇ ਹੀ ਰਹਿਣਾ ਹੈ ਤੂੰ 에어ਪੋਰਟ ਤੋਂ ਬਾਹਰ ਨਹੀਂ ਜਾ ਸਕਦਾ ਤੇ ਜੋ ਵੀ ਕੋਸ਼ਿਸ਼ ਦੇ ਕੋਲੇ ਬੈਗ ਸੀਗੇ ਤੇ ਇਸ ਨੇ 에어ਪੋਰਟ ਦੇ ਉੱਪਰ ਆਪਣੇ ਡੇਰੇ ਲਾ ਲਏ ਤੇ ਉਸ ਟਾਈਮ ਇਸ ਦੇ ਕੋਲੇ ਪੈਸੇ ਵੀ ਨਹੀਂ ਸੀਗੇ ਤੇ ਜਦੋਂ ਲੋਕ ਕੋਈ ਵੀ ਰੇੜੀ ਕੱਢਦਾ ਹੁੰਦਾ ਸੀ 에어ਪੋਰਟ ਦੇ ਉੱਪਰ ਆਪਣੇ ਬੈਗ ਰੱਖ ਕੇ ਤੇ ਰੇੜੀ ਦੇ ਵਿੱਚ ਜਿਹੜੇ ਬਾਹਰ ਲਏ ਉਹਨਾਂ ਨੂੰ ਪਤਾ ਹੋਊਗਾ ਕਿ ਇੱਕ ਸਿੱਕਾ ਪੈਂਦਾ ਜਾਂ ਇੱਕ ਯੂਰੋ ਜਾਂ ਦੋ ਯੂਰੋ ਜਾਂ 50 ਸੈਂਟੀਆਂ ਤੇ ਉਹ ਜਦੋਂ ਇਹ ਰੇੜੀਆਂ ਇਕੱਠੀਆਂ ਕਰਕੇ ਉਹਨਾਂ ਦੇ ਵਿੱਚੋਂ ਉਹ ਪੈਸੇ ਕੱਢ ਲੈਂਦਾ ਹੁੰਦਾ ਸੀ ਜਦੋਂ ਕਈ ਵਾਰੀ ਕੋਈ ਛੱਡ ਜਾਂਦਾ ਉਹਦੇ ਵਿੱਚ ਪੈਸੇ ਦੇਖਦਾ ਸੀਗਾ ਲੱਗਿਆ ਵਾ ਸਿੱਕਾ ਤਾਂ ਇਹ ਸਿੱਕਾ ਕੱਢ ਕੇ ਤੇ ਉਹ ਜਿੰਨੇ ਪੈਸੇ ਜੁੜਦੇ ਸੀਗੇ ਉਸ ਦੀ ਇਹ ਕਾਫੀ ਪੀ ਲੈਂਦਾ ਜਾਂ 버ਗਰ ਖਾ ਲੈਂਦਾ ਯਾਨੀ ਕਿ ਮੈਕਡੋਨਲਡ ਤੋਂ ਮੈਕਡੋਨਲਡ ਤੋਂ ਇਹ ਖਾਣਾ ਆਪਣਾ ਖਾਂਦਾ ਰਿਹਾ ਤੇ ਹੌਲੀ ਹੌਲੀ ਇਸ ਦੀ 에어ਪੋਰਟ ਦੇ ਉੱਪਰ ਜਾਣ ਪਛਾਣ ਹੋ ਗਈ ਤੇ ਉਧਰ ਲੱਗੇ ਹੋਏ ਸੀ ਸਰਕਾਰੀ ਅਧਿਕਾਰੀ ਵੀ ਇਸ ਦੀ ਆਈਡੈਂਟੀਟੀ ਕੱਢਣ ਵਾਸਤੇ ਕਿ ਇਹ ਕੌਣ ਆ ਕੌਣ ਨਹੀਂ ਹੈਗਾ ਤੇ ਇਸ ਨੇ ਇੱਕ ਬੈਂਚ ਦੇ ਉੱਪਰ ਡੇਰੇ ਲਾ ਲਏ ਤੇ ਉਥੇ 에어ਪੋਰਟ ਦੇ ਉੱਪਰ ਇਸ ਨੇ ਆਪਣਾ ਰਹਿਣ ਬਸੇਰਾ ਬਣਾ ਲਿਆ ਤੇ ਉੱਥੇ ਉਹ ਸਟਾਪ ਦੇ ਨਾਲ ਇਹ ਘੁੱਲ ਮਿਲ ਗਿਆ ਤੇ ਸਾਰੇ ਜਨ ਨੂੰ ਸਰ ਐਲਬਰਟ ਕਹਿਣ ਲੱਗ ਪਏ ਤੇ ਇਸ ਦਾ ਮਹਰਾਨ ਕਰੀਮੀ ਨਾਸਰੀ ਨਾਂ ਕਿਸੇ ਨੂੰ ਨਹੀਂ ਨਹੀਂ ਸੀਗਾ ਪਤਾ ਤੇ ਸਾਰੇ ਜਨ ਨੂੰ ਸਰ ਐਲਬਰਟ ਕਹਿਣ ਲੱਗੇ ਸਾਰਿਆਂ ਨੇ ਜਾਣ ਪਛਾਣ ਹੋ ਗਈ ਕੋਈ ਇਸ ਦੇ ਵਾਸਤੇ ਅਖਬਾਰ ਲੈ ਕੇ ਆਉਂਦਾ ਕੋਈ ਮੈਗਜ਼ੀਨ ਲੈ ਕੇ ਆਉਂਦਾ ਤੇ ਉਸ ਨੂੰ ਪਤਾ ਲੱਗ ਗਿਆ ਸੀਗਾ ਕਿ ਹੁਣ ਇਹ 에어ਪੋਰਟ ਤੇ ਇਸ ਦਾ ਇੱਕ ਜੀ ਲੱਗ ਗਿਆ ਸੀਗਾ ਦਿਲ ਲੱਗ ਗਿਆ ਸੀਗਾ ਇਸ ਨੇ ਆਪਣੀ ਜ਼ਿੰਦਗੀ ਦੇ ਉੱਪਰ ਹਜ਼ਾਰ ਪੰਨਿਆਂ ਦੀ ਕਿਤਾਬ ਵੀ ਲਿਖੀ ਇੱਕ ਦਿਨ ਇੱਕ ਪੱਤਰਕਾਰ ਜਦੋਂ ਕਿਸੇ ਕਾਫੀ ਸ਼ਾਪ ਦੇ ਉੱਪਰੋਂ ਕਾਫੀ ਲੈ ਰਿਹਾ ਸੀਗਾ ਤਾਂ ਇਹ ਵੀ ਉੱਥੇ ਪਹੁੰਚਿਆ ਤੇ ਜਦੋਂ ਉਸ ਜਿਹੜਾ ਕਾਊਂਟਰ ਤੇ ਖੜਾ ਸੀ ਉਸਨੇ ਕਿਹਾ ਹੈਲੋ ਸਰ ਅਲਬਰਟ ਵੀਰ ਤੁਹਾਡੀ ਕਾਫੀ ਤੁਹਾਡੀ ਫੇਵਰਿਟ ਕਾਫੀ ਜਿਹੜੀ ਤੁਸੀਂ ਰੋਜ਼ ਪੀਂਦੇ ਆ ਤੇ ਉਹ ਪੱਤਰਕਾਰ ਹੈਰਾਨ ਹੋਇਆ ਕਿ ਰੋਜ਼ ਪੀਂਦੇ ਆ ਤੇ ਉਹਨੇ ਫਿਰ ਉਹ ਗੱਲ ਕੀਤੀ ਵੀ ਇਹ ਕਿਹੜੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਆ ਉਹ ਕਹਿੰਦੇ ਵੀ ਇਹ ਤਾਂ ਇੱਥੇ ਬੈਂਚ ਤੇ ਬੈਠਾ ਆ ਇਸ ਨੂੰ ਤਕਰੀਬਨ ਕਿੰਨੇ ਹੀ ਸਾਲ ਹੋ ਗਏ ਤੇ ਇਸ ਨੂੰ ਦੇਖਦੇ ਆ ਤੇ ਇਸ ਦਾ ਕੁਝ ਵੀ ਨਹੀਂ ਇਹ ਦੱਸਦਾ ਵੀ ਕੌਣ ਆ ਕੌਣ ਨਹੀਂ ਹੈਗਾ ਪਰ ਇਹ ਇੱਥੇ ਆ ਪੱਤਰਕਾਰ ਨੇ ਦੇ ਨਾਲ ਗੱਲਬਾਤ ਕੀਤੀ ਇਸ ਦੇ ਬਾਰੇ ਉਸ ਨੇ ਅਖਬਾਰ ਦੇ ਵਿੱਚ ਛਾਪਿਆ ਫਿਰ ਇਸ ਦੇ ਨਾਲ ਇੰਟਰਵਿਊ ਕੀਤੀ ਜਿਹੜੀਆਂ ਉਹ ਇੰਟਰਵਿਊਆਂ ਸੀ ਅਖਬਾਰ ਦੇ ਵਿੱਚ ਛਾਪਿਆ ਸੀਗਾ ਉਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਤੇ ਇਹੇ ਲੋਕਾਂ ਦੀ ਨਿਗਾਹ ਦੇ ਵਿੱਚ ਆ ਗਿਆ ਲੋਕ ਲੰਘਦੇ ਟੱਪਦੇ ਉਸ ਨੂੰ ਕੋਈ ਨਾ ਕੋਈ ਕੋਈ ਪੈਸਾ ਦੇ ਜਾਂਦਾ ਤੇ ਯਾਨੀ ਕਿ ਜੇਕਰ ਕਿਸੇ ਦੀ ਹੈਲਪ ਕਰਦਾ ਉਹ ਵੀ ਇਸ ਨੂੰ ਪੈਸੇ ਦੇ ਜਾਂਦਾ ਫਿਰ 1900 ਤਕਰੀਬਨ 92 93 ਦੇ ਵਿੱਚ ਇੱਕ ਵਕੀਲ ਇਸ ਦੀ ਹੈਲਪ ਵਾਸਤੇ ਆਇਆ ਤੇ ਤਕਰੀਬਨ ਉਸ ਨੇ 3-4 ਸਾਲ ਇਸ ਦਾ ਕੇਸ ਲੜਿਆ ਬੈਲਜੀਅਮ ਤੋਂ ਉਸ ਨੇ ਇਸ ਦਾ ਦੁਬਾਰੇ ਪਾਸਪੋਰਟ ਜਾਰੀ ਕਰਵਾ ਕੇ ਇਸ ਨੂੰ ਲਿਆ ਕੇ ਦਿੱਤਾ ਕਿ ਆਹ ਲੈ ਤੇਰਾ ਪਾਸਪੋਰਟ ਫ੍ਰੀ ਦੇ ਵਿੱਚ ਉਸ ਨੇ ਸਾਰੀ ਸੇਵਾ ਕੀਤੀ ਵੀ ਚਲੋ ਕੋਈ ਕਿਸੇ ਮੁਲਕ ਦੇ ਵਿੱਚ ਪਹੁੰਚ ਜਵੇ ਜਦੋਂ ਅਸੀਂ ਸ਼ਦਾਈ ਨੂੰ ਲਿਆ ਕੇ ਉਸਦੇ ਪੇਪਰ ਦਿੱਤੇ ਤੇ ਇਹ ਕਹਿੰਦਾ ਕਿ ਇਹ ਮੇਰਾ ਨਾਂ ਹੀ ਨਹੀਂ ਹੈਗਾ ਕਿਉਂਕਿ ਉਸ ਨੇ ਇਸ ਦਾ ਅਸਲੀ ਨਾਂ ਲਿਖਿਆ ਸੀਗਾ ਮਹਿਰਾਨ ਕਾਰਿਮ ਨਸੀਰੀ ਤੇ ਇਹ ਕਹਿੰਦਾ ਮੇਰਾ ਨਾਮ ਤਾਂ ਹੈਗਾ ਸਰ ਐਲਬਰਟ ਕਹਿੰਦਾ ਮਤਲਬ ਕਿ 에어ਪੋਰਟ ਤੇ ਰਹਿਣ ਦੀ ਵਜ੍ਹਾ ਕਰਕੇ ਇੰਨੇ ਸਾਲ ਇਸ ਦਾ ਜਿਹੜਾ ਦਿਮਾਗ ਆ ਉਹ ਕੰਮ ਕਰਨਾ ਬੰਦ ਕਰਤਾ ਸੀਗਾ ਯਾਨੀ ਕਿ ਖਰਾਬ ਹੋ ਗਿਆ ਸੀਗਾ ਤੇ ਇਸ ਨੂੰ ਉਹੀ ਨਾਮ ਵਧੀਆ ਲੱਗਣ ਲੱਗ ਗਿਆ ਸੀਗਾ ਸਰ ਐਲਬਰਟ ਇਹ ਕਹਿੰਦਾ ਜੇਕਰ ਮੈਨੂੰ ਲਿਹਾ ਕੇ ਜੇ ਨਾ ਪਾਸਪੋਰਟ ਮੇਰਾ ਨਾਮ ਦਾ ਸਰ ਐਲਬਰਟ ਲਿਖਿਆ ਹੋਵੇ ਉਹ ਲਿਆ ਕੇ ਦੇ ਮੈਨੂੰ ਆਹਾ ਮਹਰਾਨ ਨਾ ਕਿਹੜਾ ਅਸਲੀ ਨਾਂ ਸੀਗਾ ਉਸ ਨਾਂ ਦਾ ਨਹੀਂ ਚਾਹੀਦਾ ਤੇ ਉਹ ਵਕੀਲ ਵੀ ਮੱਥੇ ਤੇ ਹੱਥ ਮਾਰੇ ਵੀ ਕਿੱਥੋਂ ਇਸ ਬੇਵਕੂਫੀ ਮੈਂ ਮਦਦ ਕਰਤੀ ਆ ਬਈ ਇਹ ਇੱਥੇ ਹੀ ਰਹਿ ਕੇ ਖੁਸ਼ ਆ ਇਹਨੂੰ 에ਰਪੋਰਟ ਤੇ ਹੀ ਰਹਿਣ ਦਿਓ ਫਿਰ ਫਰਾਂਸ ਦੀ ਗਵਰਨਮੈਂਟ ਨੇ ਵੀ ਉਸ ਨੂੰ ਪੇਸ਼ਕਸ਼ ਕੀਤੀ ਉਸ ਦੇ ਪੇਪਰਾਂ ਦੀ ਤੇ ਗਵਰਨਮੈਂਟ ਨੇ ਫਰਾਂਸ ਦੀ ਨੇ ਉਸ ਨੂੰ ਪੇਪਰ ਦੇਣੇ ਚਾਹੇ ਤਾਂ ਉਸ ਨੇ ਡਾਕੂਮੈਂਟਾਂ ਤੇ ਸਾਈਨ ਕਰਨ ਤੋਂ ਮਨਾਂ ਕਰ ਦਿੱਤਾ ਉੱਥੇ ਵੀ ਇਸ ਨੇ ਇਹੀ ਗਰਾਰੀ ਬਸਾਲੀ ਕਿ ਜੇਕਰ ਮੈਨੂੰ ਦੇਣਾ ਹੈ ਤੇ ਸਰ ਐਲਬਰਟ ਲਿਖ ਕੇ ਹੀ ਦਿਓ ਤੇ ਫਿਰ 2006 ਦੇ ਵਿੱਚ ਇਸ ਦੀ ਸਿਹਤ ਜਿਹੜੀ ਆ ਖਰਾਬ ਹੋ ਗਈ ਤੇ ਉਸ ਤੋਂ ਪਹਿਲਾਂ 2004 ਦੇ ਵਿੱਚ ਫਿਲਮ ਆਈ ਸੀਗੀ ਦਾ ਟਰਮੀਨਲ ਤੇ ਦਾ ਟਰਮੀਨਲ ਨੇ ਇੰਨੀ ਜਿਆਦਾ ਕਮਾਈ ਕੀਤੀ ਤੇ ਇਸ ਨੂੰ 3 ਲੱਖ ਡਾਲਰ ਇਸ ਦੇ ਅਕਾਊਂਟ ਦੇ ਵਿੱਚ ਪਾਇਆ ਗਿਆ ਅਕਾਊਂਟ ਖਲਵਾ ਕੇ ਤੇ ਇਹ 2006 ਦੇ ਵਿੱਚ ਜਦੋਂ ਬਿਮਾਰ ਹੋਇਆ ਤੇ ਇਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਉਦੋਂ ਇਹ 18 ਸਾਲਾਂ ਬਾਅਦ 에어ਪੋਰਟ ਤੋਂ ਪਹਿਲੀ ਵਾਰੀ ਬਾਹਰ ਨਿਕਲਿਆ ਸੀਗਾ ਐਮਬੂਲੈਂਸ ਦੇ ਜ਼ਰੀਏ ਏਅਰਪੋਰਟ ਤੋਂ ਨਿਕਲੇ ਆ ਤੇ ਐਂਬੂਲੈਂਸ ਦੇ ਨਾਲ ਇਸ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਉਹ ਠੀਕ ਹੋ ਗਿਆ ਤਾਂ ਇਸ ਨੂੰ ਇੱਕ ਸਰਕਾਰੀ ਕਮਰਾ ਦੇ ਦਿੱਤਾ ਗਿਆ ਵੀ ਉੱਥੇ ਰਹਿਣ ਵਾਸਤੇ ਤੇ ਇਹ ਇਨਸਾਨ ਉੱਥੇ ਰਹਿਣ ਲੱਗ ਗਿਆ ਜਿਹੜੇ ਫਿਲਮ ਦੇ ਪੈਸੇ ਸੀ 3 ਲੱਖ ਡਾਲਰ ਉਹਦੇ ਵਿੱਚੋਂ ਪੈਸੇ ਵੀ ਖਰਚਣ ਲੱਗ ਗਿਆ ਤੇ ਇਹ ਜਾਨੀ ਕਿ ਕਹਿਣ ਦਾ ਮਤਲਬ ਕਿ ਮਾਨਸਿਕ ਤੌਰ ਤੇ ਇਸ ਦਾ ਦਿਮਾਗ ਜਿਹੜਾ ਇਹ ਹੀ ਕਹਿੰਦਾ ਹੁੰਦਾ ਸੀਗਾ ਕਿ ਵੀ 에어ਪੋਰਟ ਤੇ ਰਹਿਣਾ 에어ਪੋਰਟ ਤੇ ਰਹਿਣਾ ਤੇ ਉਹੀ ਗੱਲ ਹੋਈ ਕਿ 12 ਨਵੰਬਰ 2022 ਦੇ ਵਿੱਚ ਇਸ ਦੀ ਜਦੋਂ ਮੌਤ ਹੋਈ ਆ ਤੇ ਉਦੋਂ ਇਹ ਇਨਸਾਨ 에어ਪੋਰਟ ਤੇ ਹੀ ਸੀਗਾ ਦਿਲ ਦਾ ਦੌਰਾ ਪੈਣ ਦੇ ਨਾਲ ਇਸ ਦੀ ਮੌਤ ਹੋ ਗਈ ਆ ਤੇ ਕਹਿੰਦੇ ਸਾਲ ਸਾਲ ਪਹਿਲਾਂ ਹੀ ਇਹ 2021 ਦੇ ਵਿੱਚ 에어ਪੋਰਟ ਤੇ ਦੁਬਾਰੇ ਆ ਕੇ ਰਹਿਣ ਲੱਗ ਗਿਆ ਸੀ ਜਦੋਂ ਇਸ ਦੀ ਮੌਤ ਹੋਈ ਆ ਇਸ ਦੇ ਕੋਲੇ ਇੱਕ ਪੈਸਿਆਂ ਦਾ ਭਰਿਆ ਹੋਇਆ ਬੈਗ ਤੇ ਹੋਰ ਕੁਛ ਡਾਕੂਮੈਂਟ ਜਿਹੜੇ ਆ ਇਸ ਦੇ ਕੋਲੋਂ ਬਰਾਮਦ ਕੀਤੇ ਗਏ ਤੇ ਵੀ ਆ ਇਸ ਦੀ ਜਿਹੜੀ ਸਟੋਰੀ ਸੀਗੀ ਵੀ ਇਨਸਾਨ ਇਦਾਂ ਵੀ ਕੋਈ ਕਰ ਸਕਦਾ ਹੈ ਵੀ ਜਦੋਂ ਇੱਕ ਇਨਸਾਨ ਨੇ ਬਾਹਰਲੀ ਦੁਨੀਆ ਨਹੀਂ ਦੇਖਣੀ ਇੱਕ ਦਾਇਰੇ ਦੇ ਵਿੱਚ ਹੀ 18 ਸਾਲ ਕੱਢ ਦੇਣੇ ਤਾਂ ਉਸ ਦੇ ਦਿਮਾਗ ਦੇ ਵਿੱਚ ਉਹੀ ਉਸ ਨੂੰ ਚੰਗਾ ਲੱਗਣ ਲੱਗ ਜਾਂਦਾ ਬਾਹਰਲੀ ਦੁਨੀਆ ਨੂੰ ਛੱਡ ਕੇ ਉਸ ਨੂੰ ਬਾਹਰ ਰਹਿਣਾ ਚੰਗਾ ਨਹੀਂ ਲੱਗਿਆ ਪਰ ਫਿਰ ਵੀ ਉਹ 2008 ਤੋਂ ਲੈ ਕੇ ਤਕਰੀਬਨ 2021 ਤੱਕ ਬਾਹਰ ਰਿਹਾ ਤੇ ਉੱਥੇ ਉਹਨੇ ਕੋਈ ਵੀ ਕੰਮ ਕਰ ਨਹੀਂ ਕੀਤਾ ਯਾਨੀ ਕਿ ਜੋ ਉਸ ਦੇ ਕੋਲ ਪੈਸੇ ਸੀ ਉਹਨਾਂ ਦੇ ਵਿੱਚੋਂ ਖਰਚ ਹੀ ਗਿਆ ਤੇ ਆਖਰ ਨੂੰ ਉਸ ਦੀ ਮੌਤ ਵੀ ਜਿੱਥੇ ਲਿਖੀ ਸੀਗੀ 에어ਪੋਰਟ ਦੇ ਉੱਪਰ ਸ਼ਰਲ ਦੀ ਗੋਲਾ ਉੱਥੇ ਹੀ ਹੋਈ ਤੇ ਬਹੁਤ ਬਹੁਤ ਧੰਨਵਾਦ ਸਟੋਰੀ ਸੁਣਨ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਆਪਣਾ ਖਿਆਲ ਰੱਖਿਓ